ਆਦਿਕਿਆ ਕਦਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੂਰਾ ਸੋ ਪਛਾਨੀਐ ਜੋ ਲਰ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੈ ਕਬੂ ਹੂ ਨਾ ਛੱਡ ਖੇਤ ਕਬਲੇ ادب ਪਰਮ ਸਨਮਾਨਯੋਗ ਛਤਰ ਚਵਰ ਤਖ ਦਿ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਆਪਾਂ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹੁਣਾਂ ਦੇ ਪਾਵਨ ਪਵਿੱਤਰ ਜੀਵਨ ਸ਼ਹਾਦਤ ਦੀ ਬਾਤ ਕਰਾਂਗੇ ਉਸ ਪਾਵਨ ਸਾਡੇ ਮਾਣ ਮੱਤੇ ਇਤਿਹਾਸ ਨੂੰ ਜਾਣਨ ਦਾ ਯਤਨ ਕਰਨਾ ਹੈ ਕਰੋ ਕਿਰਪਾ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਅਰਦਾਸ ਕਰਦੇ ਆ ਤਾਂ ਅਰਦਾਸ ਦੇ ਤੀਸਰੇ ਬੰਦ ਦੇ ਅੰਦਰ ਇਹ ਵਚਨ ਦੁਹਰਾਏ ਜਾਂਦੇ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ-ਬੰਦ ਕਟਾਏ ਤੇ ਤੀਸਰਾ ਸ਼ਬਦ ਆ ਜਾਂਦਾ ਹੈ ਖੋਪਰੀਆਂ ਲੋਹਾਈਆਂ ਤਾਂ ਉੱਥੇ ਸਾਡਾ ਜੱਕ ਲਖ ਧਿਆਨ ਜਿਹੜਾ ਹੈ ਉਹ ਲੱਥੀ ਹੋਈ ਖੋਪਰੀ ਔਰ ਰਤ ਦੇ ਨਾਲ ਪੂਰਾ ਸਰੀਰ ਜਿਹੜਾ ਹੈ ਉਹ ਲਹੂ ਲੋਹਾਨ ਹੋਇਆ 25 ਸਾਲ ਦੀ ਕੇਵਲ ਆਰਬਲਾ ਉਸ ਨੌਜਵਾਨ ਗੁਰਸਿੱਖ ਗੁਰੂ ਪਿਆਰੇ ਵੱਲ ਜਾਂਦੀ ਹੈ ਜਿਨ੍ਹਾਂ ਨੂੰ ਆਪਾਂ ਇਤਿਹਾਸ ਵਿੱਚ ਸ਼ਹੀਦ ਭਾਈ ਸੇਭ ਭਾਈ ਤਾਰੂ ਸਿੰਘ ਜੀ ਹੋਣਾਂ ਦੇ ਨਾਮ ਨਾਲ ਚੇਤੇ ਕਰਦੇ ਹਾਂ ਜਦੋਂ ਅਸੀਂ ਉਹਨਾਂ ਦੇ ਪਿਸ਼ੋਕੜ ਦੇ ਬਾਬਤ ਜਾਣਦੇ ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹੋਣਾ ਦਾ ਜਨਮ 1700 ਤੇ 20 ਈਸਵੀ ਸਨ ਦੇ ਵਿੱਚ ਧੰਨ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਜੀ ਦੇ ਸਰੀਰ ਕਚੋਲੇ ਨੂੰ ਤਿਆਗਣ ਤੋਂ ਮਹਿਜ 12 ਸਾਲ ਬਾਅਦ ਕਿਉਂਕਿ 1708 ਵਿੱਚ ਧੰਨ ਗੁਰੂ ਕਲਗੀ ਤਰਸੈ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਪਣੇ ਸਰੀਰ ਕਚੋਲੇ ਦੀ ਖੇਡ ਨੂੰ ਸੰਕੋਚਿਆ ਤੇ 1720 ਦੇ ਵਿੱਚ 12 ਸਾਲ ਬਾਅਦ ਜੋ ਅੰਮ੍ਰਿਤਸਰ ਸਾਹਿਬ ਦੀ ਤਰਤੀ ਦੇ ਨਜ਼ਦੀਕ ਉਦੋਂ ਲਾਹੌਰ ਦੇ ਅਧੀਨ ਇਹ ਸਾਰਾ ਆਉਂਦਾ ਸੀ ਉਸ ਜਗ੍ਹਾ ਦੇ ਉੱਤੇ ਜੋ ਪੂਲਾ ਪਿੰਡ ਹੈ ਉਸ ਨਗਰ ਦੇ ਵਿੱਚ ਭਾਈ ਸਹਿਬਾਈ ਜੋਧ ਸਿੰਘ ਪਿਤਾ ਨੇ ਤੇ ਮਾਤਾ ਧਰਮਕੌਰ ਤਿੰਨਾਂ ਦੇ ਗ੍ਰਹਿ ਵਿਖੇ 1720 ਈਸਵੀ ਸਨ ਦੇ ਵਿੱਚ ਸ਼ਹੀਦ ਭਾਈ ਸੱਭਾਈ ਤਾਰੂ ਸਿੰਘ ਜੀ ਹੋਣਾ ਦਾ ਜਨਮ ਹੋਇਆ। ਉਹਨਾਂ ਤੋਂ ਬਾਅਦ ਉਹਨਾਂ ਦੀ ਇੱਕ ਛੋਟੀ ਭੈਣ ਹੈ ਬੀਬੀ ਤਾਰੂ। ਔਰ ਅਜੇ ਉਮਰ ਬਹੁਤ ਛੋਟੀ ਸੀ ਕੁ ਤਿੰਨ ਚਾਰ ਸਾਲ ਦੀ ਉਮਰਾਂ ਰਹੀ ਹੋਏਗੀ। ਔਰ ਇਹੋ ਸਮਾਂ ਚੱਲ ਰਿਹਾ ਸੀ ਜਦੋਂ ਸਿੰਘਾਂ ਦੇ ਉੱਤੇ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ 1716 ਦੇ ਵਿੱਚ ਸ਼ਹਾਦਤ ਹੋ ਚੁੱਕੀ ਹੈ। ਔਰ ਉਹਨਾਂ ਤੋਂ ਬਾਅਦ ਸਿੰਘਾਂ ਦੇ ਵਾਸਤੇ ਸਮਾਂ ਬੜਾ ਕਸ਼ਟਦਾਈ ਰਿਹਾ ਉਹਨਾਂ ਨੂੰ ਘਰ-ਗਾਟ ਛੱਡ ਕੇ ਜੰਗਲਾਂ ਦੇ ਵਿੱਚ ਔਰ ਕੌਮ ਦੇ ਲਈ ਪੰਥ ਦੇ ਲਈ ਲਗਾਤਾਰ ਲੜਨਾ ਪਿਆ ਇਸੇ ਹੀ ਐਸੇ ਕਿਸੇ ਧਰਮਯੁੱਧ ਦੇ ਅੰਦਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪਿਤਾ ਸਰਦਾਰ ਜੋਧ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਹੁਣ ਮਾਤਾ ਧਰਮਕੌਰ ਨੇ ਕਿਉਂਕਿ ਉਹ ਜ਼ਿਮੀਂਦਾਰਾ ਕਰਦੇ ਸਨ ਆਪਣੀ ਖੇਤੀ ਜਿਹੜੀ ਹੈ ਉਹ ਕਰਦੇ ਸਨ ਮਾਤਾ ਧਰਮਕੌਰ ਨੇ ਦੋਨਾਂ ਬੱਚਿਆਂ ਨੂੰ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਔਰ ਵਕਤ ਚੱਲਦਿਆਂ ਚੱਲਦਿਆਂ ਇੱਥੋਂ ਤੱਕ ਆਣ ਪਹੁੰਚਿਆ ਵੇ ਹੁਣ ਸਿੰਘ ਜਿਹੜੇ ਨੇ ਉਹ ਜੰਗਲਾਂ ਵਿੱਚ ਰਹਿੰਦੇ ਐ ਉਹਨਾਂ ਨੂੰ ਰਾਤ ਬਰਾਤੇ ਜਿਹੜਾ ਹੈ ਕਿਤੇ ਨਾ ਕਿਤੇ ਫਿਰ ਜਾਲਮਾਂ ਨੂੰ ਸੋਧਾ ਲਾਉਣ ਲਈ ਵੀ ਨਿਕਲਣਾ ਪੈਂਦਾ ਐ ਐਸਾ ਕਾਰਜ ਜਿਹੜਾ ਔਰ ਜਿੰਨ ਵਸੀ ਕਹਿੰਨੇ ਕਿ ਪੱਤਾ ਪੱਤਾ ਵੀ ਜਿਹੜਾ ਹੈ ਉਹ ਸਿੰਘਾਂ ਦਾ ਵੈਰੀ ਹੋ ਨਿਬੜਿਆ। ਉਸ ਸਮੇਂ ਦੇ ਦਰਮਿਆਨ ਇਧਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਵਾਨੀ ਦੇ ਪਹਿਰੇ ਵਿੱਚ ਪਹੁੰਚੇ। ਗੁਰੂ ਵਾਲੇ ਬਣੇ ਅੰਮ੍ਰਿਤਧਾਰੀ ਗੁਰਸਿੱਖ ਔਰ ਉਹਨਾਂ ਨੇ ਹੁਣ ਜਦੋਂ ਵੇਖਿਆ ਕੋਈ ਵੀ ਮੂਵਮੈਂਟ ਚੱਲਦੀ ਹੈ ਉਹਦੇ ਵਿੱਚ ਤਿੰਨ ਤਰੀਕਿਆਂ ਨਾਲ ਸੇਵਾ ਦਾ ਤਰੀਕਾ ਹੁੰਦਾ ਹੈ। ਕੁਝ ਲੋਕ ਸਰੀਰ ਕਰਕੇ ਉਸ ਘੋਲ ਵਿੱਚ ਕੁੱਦ ਪੈਂਦੇ ਆ ਭਾਵ ਕਿ ਉਸ ਮੂਵਮੈਂਟ ਦਾ ਹਿੱਸਾ ਬਣਦੇ ਆ ਸਰੀਰ ਕਰਕੇ ਕੁਝ ਲੋਕ ਜਿਹੜੇ ਨੇ ਉਹ ਫਿਰ ਜੇ ਤਨ ਕਰਕੇ ਨਹੀਂ ਤੇ ਉਹ ਧਨ ਕਰਕੇ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਨੂੰ ਕੋਈ ਸੁੱਖ ਸੁਵਿਧਾ ਪ੍ਰਦਾਨ ਜਿਹੜੀ ਐ ਉਹ ਉਹਨਾਂ ਤੱਕ ਪਹੁੰਚਦੀ ਕਰਦੇ ਆ ਉਹਨਾਂ ਤੱਕ ਪਹੁੰਚਾਉਂਦੇ ਆ ਧਨ ਖਰਚਦੇ ਆ ਚਾਹੇ ਉਹਨਾਂ ਦੇ ਜਿਹੜੇ ਬਸਤਰ ਨੂੰ ਕੋਈ ਹੋਰ ਅੰਨ ਅਨਾਜ ਨੂੰ ਲੈ ਕੇ ਕੋ ਹੋਰ ਪ੍ਰਿਕਿਰੇ ਹੁੰਦੇ ਆ ਅੱਜ ਦੇ ਦੌਰ ਵਿੱਚ ਵੀ ਆਪਾਂ ਵੇਖਦੇ ਆ ਬੜੇ ਬੜੇ ਧਰਮੀ ਲੋਗਾਂ ਦੇ ਜੇ ਕੋਕੋਟ ਕਚਹਿਰੀਆਂ ਦੇ ਅੰਦਰ ਉਹਨਾਂ ਦੇ ਪਰਿਵਾਰ ਦਾ ਕੋਈ ਇਹੋ ਜਿਹਾ ਕਾਰਜ ਚੱਲ ਰਿਹਾ ਜਾਂ ਉਹਨਾਂ ਦੇ ਘਰ ਕਿਦੀ ਕੋਈ ਘਾਟ ਬਣਾਉਣ ਦੀ ਹੈ ਬੜੇ ਬੜੇ ਐਸੇ ਸਰੀਰ ਜਿਹੜੇ ਨੇ ਐਨ ਜੀਓ ਬਣੀਆਂ ਜਾਂ ਦੇਸ਼ ਵਿਦੇਸ਼ ਦੀ ਧਰਤੀ ਤੇ ਬੈਠੇ ਹੋਏ ਪੰਥ ਦਾ ਦਰਦ ਲੈ ਰੱਖਣ ਵਾਲਿਓ ਨਾ ਗੁਰਸਿੱਖ ਵੀਰ ਐਸੇ ਸਰੀਰ ਜਿਹੜੇ ਨੇ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਜਿਹੜਾ ਉਹ ਕਰਨ ਦਾ ਯਤਨ ਕਰਦੇ। ਤੀਸਰਾ ਤਰੀਕਾ ਹੁੰਦਾ ਹੈ ਕਿ ਮਨ ਕਰਕੇ ਹੁਣ ਅਸੀਂ ਆਖਾਂਗੇ ਮਨ ਕਰਕੇ ਕਿਵੇਂ? ਮਨ ਕਰਕੇ ਉਹਨਾਂ ਜੁਝਾਰੂਆਂ ਉਹਨਾਂ ਜੋਧਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ। ਅਰਜ਼ੋਈ ਕਰਨੀ, ਬੇਨਤੀ ਕਰਨੀ ਵੀ ਇਹਦੇ ਨਾਲ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਹੁਣ ਕੋਈ ਸਰੀਰ ਕਰਕੇ, ਤਨ ਕਰਕੇ ਹਿੱਸਾ ਪਾ ਰਿਹਾ। ਬਰਬਾਤ ਦੁਰਾਡੇ ਬੈਠੇ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਜਿਹੜੇ ਨੇ ਉਹ ਸੱਜਣ ਜੇ ਉਹ ਸਰੀਰ ਕਰਕੇ ਨਹੀਂ ਆ ਸਕੇ ਉਹ ਮਨ ਕਰਕੇ ਵੀ ਹਾਜ਼ਰੀਆਂ ਲਵਾ ਰਹੇ ਆ ਤੇ ਧੰਨ ਤੱਕ ਵੀ ਜਿਹੜਾ ਹੈ ਉਥੋਂ ਤੱਕ ਪਹੁੰਚ ਕੇ ਉਹਨਾਂ ਦੀ ਸੁੱਖ ਸੁਵਿਧਾ ਦੇ ਲਈ ਜੇ ਸਰਦੀ ਸੀ ਤਾਂ ਖਿਆਲ ਰੱਖਿਆ ਜੇ ਹੁਣ ਗਰਮੀ ਦੀ ਕਹਾਣੀ ਹੈ ਤੇ ਤਾਂ ਵੀ ਉਹਦਾ ਕੋਈ ਨਾ ਕੋਈ ਯਤਨ ਕਰ ਰਿਹਾ ਇਹ ਸੇਵਾ ਆ ਕੋਈ ਵੀ ਮੂਵਮੈਂਟ ਚੱਲਦੀ ਆ ਉਹਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਸ਼ਮੂਲੀਅਤ ਹੁੰਦੀ ਹੈ ਕੋ ਤਨ ਕਰਕੇ ਕਰਦਾ ਕੋਈ ਧਨ ਕਰਕੇ ਕਰਦਾ ਕੋਈ ਮਨ ਕਰਕੇ ਕਰਦਾ ਇਹ ਹੁਣ ਜਦੋਂ ਸਿੰਘਾਂ ਦਾ ਸੰਘਰਸ਼ ਚੱਲਿਆ ਉਹਨਾਂ ਨੂੰ ਜੰਗਲ ਬੇਲਿਆਂ ਵਿੱਚ ਰਹਿਣਾ ਪਿਆ ਤਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਵੀ ਉਸ ਵਕਤ ਫਿਰ ਆਪਣੀ ਮਾਤਾ ਜੀ ਹੁਣਾਂ ਨਾਲ ਗੱਲ ਕੀਤੀ ਬੇਨਤੀ ਕੀਤੀ ਵੀ ਆਪਾਂ ਕਿਉਂ ਨਾ ਕਿਤੇ ਜਦੋਂ ਨੇੜੇ ਜਥਾ ਉਤਰਿਆ ਹੁੰਦਾ ਜੰਗਲ ਵਿੱਚ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਲੋੜ ਹੁੰਦੀ ਹੈ ਤੇ ਆਪਜੀ ਭੋਜਨ ਤਿਆਰ ਕਰਿਆ ਕਰੋ ਅਸੀਂ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਕਰੀਏ ਕੋਈ ਬਸਤਰ ਜਿਹੜਾ ਹੈ ਉਹਨਾਂ ਨੂੰ ਤਨ ਤੇ ਲੈਣ ਲਈ ਦੇ ਦਈਏ ਅਸੀਂ ਤਾਂ ਘਰ ਵਿੱਚ ਅੱਗ ਬਾਲ ਕੇ ਵੀ ਸੇਕ ਲਵਾਂਗੇ ਉਹ ਠੰਡ ਵਿੱਚ ਵੀ ਉੱਥੇ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਸਮਾਂ ਕੱਢਦੇ ਆ ਇਹ ਕਾਰਜ ਆਰੰਭ ਹੋਇਆ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ ਆ ਸਭ ਕੁਝ ਹੁੰਦਾ ਗੁਰਸਿੱਖੀ ਨਾਲ ਜਿਹੜਾ ਪਿਆਰ ਸੀ ਪ੍ਰੀਤ ਸੀ ਪ੍ਰਸ਼ਾਦਾ ਲੈ ਕੇ ਜਾਣਾ ਸਿੰਘਾਂ ਤਾਂ ਹੀ ਤੇ ਗੁਰੂ ਕੇ ਸਿੱਖਾਂ ਨੇ ਵੀ ਛਕਣ ਤੋਂ ਪਹਿਲਾਂ ਅਰਦਾਸ ਕਰਨੀ। ਛਕ ਕੇ ਫੇਰ ਜਿਹੜਾ ਅਰਜ਼ੋਈ ਕਰਨੀ ਤੇ ਦੋਨੋਂ ਹੀ ਭੈਣ ਭਰਾਵਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗੁਰਸਿੱਖਾਂ ਨੇ ਆਖਣਾ ਅਸੀਸ ਦੇਣੀ ਕਿ ਭਾਈ ਤਾਰੂ ਸਿੰਘ ਜਿੰਨਾ ਤੇਰਾ ਸਿੱਖੀ ਨਾਲ ਪਿਆਰ ਹੈ ਜਿੰਨਾ ਤੈਨੂੰ ਗੁਰਸਿੱਖਾਂ ਨਾਲ ਪ੍ਰੀਤ ਹੈ ਤੇਰੇ ਅੰਦਰੋਂ ਭਾਵਨਾ ਕਿ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮਾਲਕ ਕਿਰਪਾ ਕਰੇ ਤੇਰੀ ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਵੇ। ਇਹ ਉਹਨਾਂ ਕਮਾਈਆਂ ਵਾਲਿਆਂ ਦੀਆਂ ਦਿੱਤੀਆਂ ਅਸੀਸਾਂ ਸਨ ਜਿਹੜੇ ਕੋ ਆਪਣੇ ਲਈ ਨਹੀਂ ਸਨ ਲੜ ਰਹੇ ਆਪਣਾ ਨਾ ਕੋ ਉਹਨਾਂ ਦਾ ਸਵਾਰਥ ਸੀ ਉਹ ਤਾਂ ਪੰਥ ਦੀ ਕੌਮ ਦੀ ਔਰ ਜ਼ਾਲਮ ਹਕੂਮਤ ਤੋਂ ਨਜਾਤ ਪਾਉਣ ਲਈ ਆਮ ਆਵਾਮ ਲਈ ਲੜ ਰਹੇ ਸਨ ਇਸੇ ਸਮੇਂ ਦਰਮਿਆਨ ਇੱਕ ਦਿਨ ਐਸਾ ਆਇਆ ਜਿੱਦਣ ਇੱਕ ਉਹਦਾ ਨਾਮ ਇਤਿਹਾਸ ਵਿੱਚ ਰਹੀਮ ਬਖਸ਼ ਜਿਹੜਾ ਮਾਛੀ ਕਰਕੇ ਆਇਆ ਮੁਸਲਮਾਨ ਸੱਜਣ ਸੀ ਪਰ ਉਹਦੀ ਧੀ ਸਲਮਾ ਜਿਹਨੂੰ ਪੱਟੀ ਦਾ ਹਾਕਮ ਚੁੱਕ ਕੇ ਲੈ ਗਿਆ ਧੱਕੇ ਨਾਲ ਜਿਹੜਾ ਉਹਦੀ ਸ਼ਾਦੀ ਰੱਖੀ ਸੀ ਚੁੱਕ ਕੇ ਲੈ ਗਿਆ ਹੁਣ ਇਹ ਸਮਾਂ ਹੋ ਜਾ ਸੀ ਵੀ ਇੱਕ ਦੂਸਰਿਆਂ ਨਾਲ ਨਹੀਂ ਉਹਦੇ ਵਿੱਚ ਮੁਸਲਮਾਨ ਵੀ ਜਿਹੜੇ ਨੇ ਉਹ ਵੀ ਮਹਿਫੂਜ਼ ਨਹੀਂ ਜਦੋਂ ਜ਼ਾਲਮੇ ਹੋ ਜਾ ਜਾਂਦਾ ਹਕੂਮਤ ਇਹੋ ਜੀ ਹੋ ਜਾਂਦੀ ਰਾਜੇ ਸ਼ੀ ਮੁਕੱਦਮ ਕੁੱਤੇ ਉਹ ਵਿਚਾਰੇ ਨੇ ਲਾਹੌਰ ਕਸੂਰ ਸਭ ਤੱਕ ਪਹੁੰਚ ਕੀਤੀ ਪਰ ਉਹਦੀ ਕਿਤੇ ਸੁਣਵਾਈ ਨਾ ਹੋਈ ਇੱਕ ਦਿਨ ਉਹ ਵਾਪਸ ਪਰਤ ਰਿਹਾ ਸੀ ਸ਼ਾਮਾਂ ਪੈ ਗਈਆਂ ਪੂਲੇ ਪਿੰਡ ਦੇ ਕੋਲ ਰਾਤ ਕੱਟਣੀ ਸੀ ਕਿਸੇ ਨੇ ਆਖਿਆ ਭਾਈ ਰਾਤ ਉਹ ਕਹਿੰਦੇ ਭਾਈ ਤਾਰੂ ਸਿੰਘ ਦਾ ਘਰ ਹੈ ਉੱਥੇ ਤੈਨੂੰ ਥਾਂ ਮਿਲ ਜਾਏਗੀ ਉਹ ਆਂਦਾ ਮਿਲ ਜਾਏਗੀ ਮੈਂ ਤਾਂ ਮੁਸਲਮਾਨ ਉਹ ਸਿੱਖ ਹੈ ਮੈਨੂੰ ਘਰ ਰੱਖ ਲਏਗਾ ਉਹ ਕਹਿੰਦੇ ਤੂੰ ਜਾ ਤਸਈ ਘਰੇ ਗਿਆ ਭਾਈ ਸਹਿਬ ਭਾਈ ਤਾਰੂ ਸਿੰਘ ਨੇ ਬੜੇ ਪਿਆਰ ਨਾਲ ਜੀ ਆਇਆਂ ਆਖਿਆ ਪ੍ਰਸ਼ਾਦਾ ਪਾਣੀ ਛਕਿਆ ਉਹਦੇ ਚਿਰ ਗੱਲਾਂ ਬਾਤਾਂ ਹੋਈਆਂ ਬੜਾ ਉਦਾਸ ਲੱਗਾ ਰਹੀਮ ਬਖਸ਼ ਮਾਛੀ ਭਾਈ ਸੇ ਭਾਈ ਤਾਰੂ ਸਿੰਘ ਕਹਿੰਦੇ ਵੀ ਗੱਲ ਕੀ ਆ ਤੁਹਾਨੂੰ ਉਹਨੇ ਜਦੋਂ ਦੱਸਿਆ ਫਿਰ ਫੁੱਟ-ਫੁੱਟ ਕੇ ਰੋਣ ਲੱਗ ਪਿਆ ਕਿ ਮੇਰੀ ਨੌਜਵਾਨ ਧੀ ਜੀ ਦੀ ਸ਼ਾਦੀ ਰੱਖੀ ਸੀ ਉਹਨੂੰ ਪੱਟੀ ਦਾ ਹਾਕਮ ਧੱਕੇ ਨਾਲ ਚੁੱਕ ਕੇ ਲੈ ਗਿਆ ਔਰ ਬੜੀ ਦੂਰ-ਦੂਰ ਤੱਕ ਮੈਂ ਜਾ ਕੇ ਪਹੁੰਚ ਕੀਤੀ ਕਿ ਸਰਕਾਰੀ ਦਰਬਾਰੇ ਕੋਈ ਨਹੀਂ ਸੁਣਦਾ ਹਾਕਮ ਦਾ ਨਾਂ ਸੁਣ ਕੇ ਕੋਈ ਕਾਰਵਾਈ ਕਰਨ ਲਈ ਤਿਆਰੰਜੋ ਅਕਸਰ ਹੁੰਦਾ ਆ ਹੁਣ ਭਾਈ ਸੇ ਭਾਈ ਤਾਰੂ ਸਿੰਘ ਕਹਿੰਦਾ ਵੀ ਤੂੰ ਜਤਨ ਮੈਂ ਕਰਦਾ ਹਾਂ ਮਾਲਕ ਮਿਹਰ ਕਰੇ ਇਥੇ ਸਿੰਘਾਂ ਦਾ ਜਿਹੜਾ ਜਥਾ ਕਿਤੇ ਉੱਤਰਿਆ ਹੋਵੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਤੇ ਕਿਤੇ ਨਾ ਕਿਤੇ ਸ਼ਾਇਦ ਤੇਰੀ ਧੀ ਵਾਪਸ ਆ ਜਾਏ ਔਰ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਕਿਤੇ ਰਾਤ ਨੂੰ ਪ੍ਰਸ਼ਾਦਾ ਲੈ ਕੇ ਗਏ ਉਸ ਰਹੀਮ ਬਖਸ਼ ਨੂੰ ਵੀ ਨਾਲ ਲਿਆ ਤੇ ਕਹਿੰਦੇ ਫਿਰ ਸਿੰਘਾਂ ਨੇ ਰਾਤ ਦੇ ਸਮੇਂ ਹੱਲਾ ਬੋਲਿਆ ਉਸ ਪੱਟੀ ਦੇ ਹਾਕਮ ਨੂੰ ਜਾਂ ਰਾਤ ਨੂੰ ਘੇਰਿਆ ਉਥੋਂ ਜਿੱਥੇ ਉਹਦੀ ਧੀ ਜਿਹੜੀ ਰਹੀਮ ਬਖਸ਼ ਮਾਛੀ ਦੀ ਛਡਵਾਈ ਗਈ ਉੱਥੇ ਉਹਨੂੰ ਸੌਦਾ ਵੀ ਲਾਇਆ ਗਿਆ। ਤੋਂ ਇਹ ਸਿਵਾਵਾਂ ਅਕਸਰ ਤੇ ਹਕੂਮਤ ਨੂੰ ਇਹ ਗੱਲ ਚੁਭਣੀ ਸੀ। ਵੀ ਜੋ ਕੰਮ ਅਸੀਂ ਨਹੀਂ ਕਰ ਸਕੇ ਉਹ ਸਿੰਘਾਂ ਨੇ ਇੱਕ ਜਿਹੜਾ ਸਾਡੇ ਇਸਲਾਮ ਦੇ ਵਿੱਚੋਂ ਸੱਜਣਾ ਉਹਨੂੰ ਨਿਆਂ ਦਵਾ ਦਿੱਤਾ ਉਹਦੀ ਧੀ ਵਿਚਾਲੇ। ਹੁਣ ਉਹਦੇ ਤੋਂ ਬਾਅਦ 1738 ਦੇ ਵਿੱਚ ਜਿਸ ਵਕਤ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹੋਣਾ ਦੀ ਜਿਹੜੀ ਆਰਬਲਾ ਹੈ ਉਹ 18 ਸਾਲਾਂ ਦੀ ਸੀ। 1738 ਦੇ ਵਿੱਚ ਮੱਸਾ ਰੰਗੜ ਜਿਹੜਾ ਸੀ ਉਹ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਤੇ ਭਾਈ ਮਹਿਤਾਬ ਸਿੰਘ ਮੀਰਾ ਕੋਟਿਏ ਨੇ ਉਹਦਾ ਸਿਰ ਵੜ ਦਿੱਤਾ ਰਮੰਦਰ ਸਾਹਿਬ ਵਿੱਚ ਬੈਠ ਕੇ ਜੋ ਵਿਅਦਵੀ ਕਰ ਰਿਆ ਸੀ ਇੱਕ ਪਾਸੇ ਜਕਰੀਏ ਨੇ ਇੰਨੀ ਸ਼ਕਤੀ ਕੀਤੀ ਹੈ ਸਿੰਘਾਂ ਦੇ ਸਿਰਾਂ ਦਾ ਮੁੱਲ ਮੁਖਬਰੀ ਕਰਨ ਵਾਲੇ ਨੂੰ ਆ ਕੁਝ ਲੇਕਨ ਫੇਰ ਵੀ ਉਹ ਕੋਈ ਨਾ ਕੋਈ ਹੋਜਾ ਕਾਰਾ ਕਰ ਜਾਂਦੇ ਮੰਡਿਆਲੇ ਦਾ ਚੌਧਰੀ ਸੀ ਮੱਸਾ ਰੰਗੜ ਰੰਗੜ ਕਹਿੰਦੇ ਸੰ ਜਿਹੜੇ ਰਾਜਪੂਤਾਂ ਤੋਂ ਇਸਲਾਮ ਵਿੱਚ ਆਉਂਦੇ ਸਨ ਉਹਨਾਂ ਲਈ ਸ਼ਬਦ ਰੰਗੜ ਵਰਤਿਆ ਜਾਂਦਾ ਸੀ ਤੇ ਮਸਾਹ ਨੂੰ ਤਾਂ ਕਹਿੰਦੇ ਸਨ ਮੂੰਹ ਦੇ ਉੱਤੇ ਜਿਹੜਾ ਹੈ ਉਹ ਮਸ ਸੀ ਕਿੱਲ ਸੀ ਉਹ ਸਾਹਮਣੇ ਮੌਕਾ ਹੋਣ ਕਰਕੇ ਉਹਨੂੰ ਮਸਾ ਰੰਗੜ ਕਹਿੰਦੇ ਸਨ ਨਾ ਇਹਦਾ ਕੁਝ ਹੋਰ ਸੀ ਉਹ ਜਦੋਂ ਮਾਰਿਆ ਗਿਆ ਤੇ ਜਕਰੀਏ ਨੇ ਇਸ ਗੱਲ ਨੂੰ ਬੜਾ ਗੰਭੀਰ ਲਿਆ ਉਹਨੇ ਜਿਹੜੇ ਸੂਈਏ ਹੁੰਦੇ ਫਿਰ ਆਪਾਂ ਜਿੰਨਾਂ ਨੂੰ ਸੰਘਰਸ਼ ਦੌਰਾਨ ਵੇਖਦੇ ਵੀ ਕੈਟ ਰੂਪ ਰਹਿ ਜਾਂ ਆਪਾਂ ਮੁਖਬਰ ਕਹਿ ਦਿੰਨੇ ਟਾਊਟ ਕਹਿ ਦਿੰਨੇ ਆ ਸੀ ਆਈ ਡੀ ਦੇਣ ਵਾਲੇ ਆਮ ਲੋਕਾਂ ਵਿੱਚ ਹੁੰਦੇ ਉਹਨਾਂ ਲੋਕਾਂ ਨੂੰ ਲਾਹੌਰ ਬੁਲਾਇਆ ਉਹਨਾਂ ਵਿੱਚ ਇੱਕ ਆਕਲਦਾਸ ਜੰਡਿਆਲੇ ਦਾ ਜਿਹਨੂੰ ਹਰ ਭਗਤ ਨਰਨਜਣੀਆਂ ਵੀ ਕਹਿੰਦੇ ਹੈ ਜਿਹੜਾ ਆ ਉਹ ਭਾਈ ਹੰਦਿਆਲ ਜੀ ਹੋਣਾ ਦੇ ਪਰਿਵਾਰ ਵਿੱਚੋਂ ਸੀ ਜਿਹੜੇ ਬੜੇ ਮਹਾਨ ਗੁਰਸਿੱਖ ਹੋਏ ਭਾਈ ਹੰਦਿਆਲ ਜੀ ਪਰ ਲੇਕਿਨ ਇਹੋ ਜੇ ਕਰਮ ਕਰਨ ਲੱਗ ਪਿਆ ਨਾ ਉਹਦਾ ਹਰ ਭਗਤ ਨਰਨਜਣੀਆਂ ਸੀ ਪਰ ਅਸਲ ਵਿੱਚ ਉਹ ਜਿਹੜਾ ਆ ਸਰਕਾਰ ਦਾ ਟੌਟਸੀ ਸਰਕਾਰ ਦਾ ਜਿਹੜਾ ਹੈ ਮੁਖਬਰ ਸੀ ਉਹ ਵੀ ਲਾਹੌਰ ਗਿਆ ਜਕਰੀਏ ਨੇ ਪੁੱਛਿਆ ਉਹਨਾਂ ਸਾਰਿਆਂ ਨੂੰ ਵੀ ਤੁਸੀਂ ਦੱਸੋ ਇੰਨੀ ਸ਼ਕਤੀ ਕੀਤੀ ਹੈ ਫਿਰ ਵੀ ਕਿਤੇ ਨਾ ਕਿਤੇ ਕੋਈ ਕਾਰਾ ਕਰ ਜਾਂਦੇ ਕਾਰਨ ਕੀ ਹੈ ਇਹਨਾਂ ਨੂੰ ਸਪੋਰਟ ਕੌਣ ਕਰਦਾ ਇਹਨਾਂ ਦੀ ਇਹ ਤਾਕਤ ਦਾ ਵਿਲ ਪਾਵਰ ਦਾ ਜਿਹੜਾ ਹੈ ਖਜ਼ਾਨਾ ਕੀ ਹੈ ਉਹ ਕਹਿੰਦੇ ਜੀ ਅਸਲ ਵਿੱਚ ਬਾਤਾਂ ਤਾਂ ਮੈਨੂੰ ਪਤਾ ਨਹੀਂ ਕਹਿੰਦੇ ਲੇਕਣ ਜਿਹੜੇ ਆਮ ਲੋਕ ਪਿੰਡਾਂ ਵਿੱਚ ਰਹਿੰਦੇ ਹੋ ਇਹਨਾਂ ਦੀ ਮਦਦ ਕਰਦੇ ਇਹਨਾਂ ਨੂੰ ਅੰਜਲ ਵੀ ਦੇਂਦੇ ਕੱਪੜਾ ਲੇ ਕਹਿੰਦਾ ਕੌਣ ਹੈ ਤੇਰੀ ਨਜ਼ਰ ਵਿੱਚ ਉਹਨੇ ਭਾਈ ਤਾਰੂ ਸਿੰਘ ਦਾ ਨਾਮ ਲੈ ਦਿੱਤਾ ਵੀ ਇਹ ਪ੍ਰਸ਼ਾਦਾ ਵੀ ਛਕਾਉਂਦਾ ਆਏ ਗਿਆਨ ਦੀ ਸੇਵਾ ਵੀ ਕਰਦਾ ਔਰ ਉੱਥੇ ਸ਼ਬਦ ਲਿਖੇ ਜੋ ਕਹ ਜਕਰੀਏ ਕੋਲ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਇਹ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਹਨਾਂ ਦੀ ਸੇਵਾ ਕਿਵੇਂ ਕਰਦੇ ਆਪ ਵਹਿ ਸਹਿ ਵੇ ਨੰਗਰ ਭੁਖ ਦੇਖ ਨਾ ਸਕੈ ਸਿੰਗਣ ਦੁਖ ਕਹਿੰਦੇ ਆਪ ਨੰਗੇ ਭੁਖੇ ਰਹਿ ਲਿੰਦੇ ਲੇਕਨ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਸ਼ਿਕਾਉਂਦੇ ਆ ਆ ਕਹਿੰਦੇ ਆਪ ਗੁਜ਼ਾਰੇਂ ਅਗਣੀ ਨਾਲ ਸਿੰਗਣ ਕੱਲੈ ਪੋਸ਼ਾਕ ਸਿਵਾਲ ਆਪ ਕਹਿੰਦੇ ਅੱਗ ਸੇਕ ਕੇ ਗੁਜ਼ਾਰਾ ਕਰ ਲਾਂਗੇ ਕੋਈ ਚੰਗਾ ਕਪੜਾ ਉਹਨਾਂ ਨੂੰ ਜਾ ਕੇ ਦੇ ਆਉਂਦੇ ਕਹਿੰਦੇ ਤੈਅ ਜੇ ਮਜ਼ਦੂਰੀ ਵੀ ਕਰਨ ਵਾਲੇ ਵਾਂਣ ਵਟ ਕਈ ਕਰੇ ਮਜ਼ਦੂਰੀ ਪਰ ਸਿੰਗਣ ਧਨ ਕੱਲੈ ਜ਼ਰੂਰੀ ਕਹਿੰਦੇ ਲੇਕਨ ਕਈ ਮਜ਼ਦੂਰੀ ਦਿਹਾੜੀ ਕਰਦੇ ਆ ਉਦੇ ਵਿੱਚੋਂ ਵੀ ਆਂਦੇ ਆ ਵੀ ਖਾਨ ਜੋਗਾ ਰੱਖ ਕੇ ਬਾਕੀ ਉਹਨਾਂ ਸਿੰਘਾਂ ਜੁਝਾਰੂਆਂ ਤੱਕ ਪਹੁੰਚਾਇਆ ਜਾਏ ਹੁਣ ਭਾਈ ਤਾਰੂ ਸਿੰਘ ਦਾ ਨਾਂ ਲਿਆ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਆ ਗਏ 1745 ਦਾ ਸਮਾਂ ਜਿਹਦੇ ਵਿੱਚ ਆਖਿਆ ਉਹਨਾਂ ਦੀ ਭੈਣ ਨੂੰ ਵੀ ਮਾਤਾ ਨੂੰ ਵੀ ਭਾਈ ਤਾਰੂ ਸਿੰਘ ਤਨਾਂ ਨੂੰ ਲਿਆਂਦਾ ਜਾਏ ਲਾਹੌਰ ਜਕਰੀਏ ਨੇ ਹੁਕਮ ਜਾਰੀ ਦਿੱਤਾ ਲੇਕਿਨ ਨਗਰ ਦੇ ਲੋਕ ਇਹਨਾਂ ਪਿਆਰ ਕਰਦੇ ਜੋ ਹਰਕਾ ਪਿਆਰਾ ਸੋ ਸਭਣਾ ਕਾ ਪਿਆਰਾ ਉਹਨਾਂ ਆਖਿਆ ਮਾਂ ਭੈਣੇ ਭਾਈ ਤਾਰੂ ਸਿੰਘ ਦੀ ਨਹੀਂ ਇਹ ਸਾਡੀ ਵੀ ਮਾਤਾ ਤੇ ਭੈਣ ਹੈ। ਭਾਈ ਤਾਰੂ ਸਿੰਘ ਨੂੰ ਲਿਜਾਣ ਲੱਗੇ ਜੇ ਥੋੜੇ ਸਿਪਾਈ ਸਨ ਉਹ ਗੁਰੂ ਕੇ ਪਿਆਰੇ ਕਹਿੰਦੇ ਵੀ ਆਪਾਂ ਇਹਨਾਂ ਨੂੰ ਇੱਥੇ ਘੇਰ ਲਈਏ ਭਾਈ ਤਾਰੂ ਸਿੰਘ ਕਹਿੰਦਾ ਨਹੀਂ। ਤੁਸੀਂ ਇਹਨਾਂ ਨੂੰ ਇੰਨਿਆਕ ਨੂੰ ਘੇਰ ਲਓਗੇ ਮੁੜ ਕੇ ਫੌਜ ਜ਼ਿਆਦਾ ਚੜ ਕੇ ਗਈ ਨਗਰ ਦਾ ਨੁਕਸਾਨ ਹੋਏਗਾ। ਮੈਂ ਨਹੀਂ ਚਾਹੁੰਦਾ ਮੈਨੂੰ ਜਾਣ ਦਿਓ ਮੈਂ ਜਾਵਾਂਗਾ ਪਰ ਤੁਸੀਂ ਇਹ ਸੇਵਾ ਇਸੇ ਤਰ੍ਹਾਂ ਜਾਰੀ ਰੱਖਿਓ। ਭਾਈ ਸੇਬ ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਲਾਹੌਰ ਲਜਾਇਆ ਗਿਆ। ਲਾਹੌਰ ਦੀ ਧਰਤੀ ਤੇ ਜਕਰੀਏ ਦੇ ਸਾਹਮਣੇ ਪੇਸ਼ ਕੀਤਾ ਉਹਨੇ ਆਖਿਆ ਤੁਸੀਂ ਲੰਗਰ ਛਕਾਉਂਦੇ ਹੋ ਹਕੂਮਤ ਦੇ ਬਾਗੀਆਂ ਦੀ ਸੇਵਾ ਕਰਦੇ ਹੋ ਉੱਥੇ ਭਾਈ ਸੇ ਭਾਈ ਤਾਰੂ ਸਿੰਘ ਨੇ ਬੜਾ ਪਿਆਰਾ ਜਵਾਬ ਦਿੱਤਾ ਉਹ ਕਹਿੰਦੇ ਹਰ ਗੁਰਸਿੱਖ ਦੇ ਘਰ ਬਲਣ ਵਾਲਾ ਚੁੱਲ੍ਹਾ ਉਹ ਗੁਰੂ ਦਾ ਹੈ ਉਹ ਲੰਗਰ ਗੁਰੂ ਦਾ ਹੈ ਤੇ ਗੁਰੂ ਕੇ ਲੰਗਰ ਦੇ ਵਿੱਚ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਸ਼ੱਕ ਸਕਦਾ ਤੇ ਨਹੀਂ ਸ਼ੱਕ ਸਕਦਾ ਇਸੇ ਕਰਕੇ ਇਹ ਸੇਵਾ ਮੈਂ ਕੋਈ ਐਸਾ ਕੋਈ ਜ਼ੁਲਮ ਨਹੀਂ ਕਰਦਾ ਉਹ ਕਹਿੰਦੇ ਆ ਕਿ ਤੁਹਾਡੇ ਜਿਹੜੇ ਨੇ ਹੁਣ ਫਿਰ ਤੁਸੀਂ ਤੁਹਾਨੂੰ ਸਿੱਖੀ ਜਿਹੜੀ ਤੁਸੀਂ ਤਿਆਗ ਦਿਓ ਤੁਹਾਡੇ ਕੇਸ ਜਿਹੜੇ ਨੇ ਉਹ ਕਤਲ ਕਰ ਦਿੱਤੇ ਜਾਣਗੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਹਿੰਦੇ ਆ ਕਿ ਮੈਂ ਸਿੱਖੀ ਨਹੀਂ ਛੱਡ ਸਕਦਾ ਤੇ ਜਕਰੀਏ ਨੇ ਇਥੋਂ ਇਹ ਸ਼ਬਦ ਵਰਤ ਦਿੱਤਾ ਕਿ ਜਿਹੜੇ ਕੇਸਾਂ ਦਾ ਤੂੰ ਇਹਨਾਂ ਮਾਣ ਕਰਦਾ ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਲਾ ਦੇਾਂਗਾ ਅਗੋਂ ਭਾਈ ਸੇਬ ਭਾਈ ਤਾਰੂ ਸਿੰਘ ਨੇ ਵਚਨ ਸੁਣਿਆ ਜਦੋਂ ਨੇ ਕੇਸ ਜੁੱਤੀਆਂ ਮਾਰ ਕੇ ਲਾਉਣ ਦੀ ਗੱਲ ਕੀਤੀ ਉਹ ਕਹਿੰਦੇ ਮੈਂ ਵੀ ਗੁਰੂ ਦਾ ਸੇਖ ਹਾਂ ਤੇ ਮੈਂ ਗੁਰੂ ਤੇ ਮਾਣ ਕਰਕੇ ਕਹਿਣਾ ਕਿ ਮੈਂ ਜਿੰਨਾ ਚਿਰ ਜੁੱਤੀ ਦੀ ਨੋਕ ਅੱਗੇ ਲਾ ਕੇ ਤੈਨੂੰ ਇਸ ਸੰਸਾਰ ਤੋਂ ਲੈ ਨਹੀਂ ਜਾਂਦਾ ਉਹਨਾਂ ਚਿਰ ਮੈਂ ਨਹੀਂ ਜਾਵਾਂਗਾ ਪਹਿਲਾਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਸੰਸਾਰ ਤੋਂ ਲੈ ਕੇ ਚੱਲਾਂਗਾ ਹੁਣ ਕਹਿੰਦੇ ਉਸ ਵਕਤ ਹੁਕਮ ਹੋ ਗਿਆ 25 ਸਾਲ ਦੀ ਆਰਬਲਾ ਕੇ 1720 ਦਾ ਜਨਮ ਹੈ ਭਾਈ ਸੇ ਭਾਈ ਤਾਰੂ ਸਿੰਘ ਜੀ ਦਾ 1745 ਦੀ ਸ਼ਹਾਦਤ ਹੈ ਕਹਿੰਦੇ ਉਸ ਵਕਤ ਭਾਈ ਸੇ ਭਾਈ ਰਤਨ ਸਿੰਘ ਭੰਗੂ ਜਿਹੜੇ ਭਾਈ ਮਹਤਾਬ ਸਿੰਘ ਮੀਰਾ ਕੋਟੀਏ ਜਿਹਨਾਂ ਮਸੇ ਰੰਗੜ ਦਾ ਸਿਰ ਵੜਿਆ ਉਹਦੇ ਪੁੱਤਰੇ ਨੇ ਭਾਈ ਰਾਏ ਸਿੰਘ ਦੇ ਸੁਪੁੱਤਰ ਉਹਨਾਂ ਨੇ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼ ਉਹਦੇ ਵਿੱਚ ਫਿਰ ਉਹ ਲਿਖਦੇ ਨੇ ਸਾਖੀ ਭਾਈ ਤਾਰੂ ਸਿੰਘ ਨਿਹੰਗ ਕੀ ਉਹਦੇ ਵਿੱਚ ਉਹਨਾਂ ਫਿਰ ਲਿਖਿਆ ਕਹਿੰਦੇ ਜਦੋਂ ਆਖਿਆ ਨਾ ਵੀ ਇਹਨਾਂ ਦੇ ਕੇਸ ਕੱਟ ਦਿਓ ਉਨਾ ਆਖਿਆ ਮੈਂ ਕੇਸ ਨਹੀਂ ਕਟਾ ਸਕਦਾ ਖੋਪਰ ਲਾ ਦਿਓ ਕਹਿੰਦੇ ਮੈਂ ਖੋਪਰ ਲਵਾਉਣ ਵਾਸਤੇ ਤਿਆਰ ਕਹਿੰਦੇ ਪਹਿਲਾਂ ਤਾਂ ਨਾਈ ਕੇਸ ਕੱਟਣ ਲਈ ਨੇੜੇ ਆਇਆ ਲੇਕਿਨ ਉਹ ਭਾਈ ਸੇਭ ਭਾਈ ਤਾਰੂ ਸਿੰਘ ਦਾ ਤੇਜ ਇੰਨਾ ਕਿ ਨੇੜੇ ਨਹੀਂ ਹੋ ਸਕਿਆ ਹੁਣ ਖੋਪਰ ਲਾਉਣ ਦੀ ਗੱਲ ਆਈ ਤੇ ਉਹਦਾ ਕੰਮ ਜਿਹੜਾ ਹੈ ਮੋਚੀ ਨੇ ਕਰਨਾ ਸੀ ਕਿਉਂਕਿ ਚਮੜਾ ਵਢਣਾ ਕੱਟਣਾ ਉੱਥੇ ਫਿਰ ਭਾਈ ਸੇਭ ਭਾਈ ਰਤਨ ਸਿੰਘ ਭੰਗੂ ਨੇ ਸ਼ਬਦ ਲਿਖਿਆ ਕਹਿੰਦੇ ਉਹਨੇ ਆਕੇ ਨਾ ਆਪਣੀ ਜਿਹੜੀ ਰੰਬੀ ਸੀ ਜਿੱਦੇ ਨਾਲ ਚਮੜਾ ਕੱਟਦੇ ਆ ਜਿਵੇਂ ਉਹ ਕਹਿੰਦੇ ਆਕੇ ਪਹਿਲਾਂ ਤਿਰਖੀ ਕੀਤੀ ਜਿਵੇਂ ਪੱਥਰ ਦਾ ਟੁਕੜਾ ਕੋਲ ਰੱਖਿਆ ਹੁੰਦਾ ਉਹਦੇ ਤੇ ਉਹ ਕਸਾਉਂਦੇ ਆ ਕਰਨ ਤੋਂ ਪਹਿਲਾਂ ਮੋਚੀਆਂ ਕੋਲੇ ਤੁਸੀਂ ਹੁਣ ਵੀ ਵੇਖੋਗੇ ਇੰਡੀਆ ਦੇ ਅੰਦਰ ਖਾਸ ਕਰਕੇ ਉਹ ਕਹਿੰਦੇ ਰੰਬੀ ਥੀ ਪੈਨੀ ਕਰੀ ਪੈਨੀ ਦਾ ਮਤਲਬ ਹੁੰਦਾ ਤਿੱਖੀ ਕਹਿੰਦੇ ਰੰਬੀ ਥੀ ਪੈਨੀ ਕਰੀ ਮਾਥੇ ਮੱਧਿਓਂ ਦਹੀਂ ਟਿਕਾਏ ਮਾਥੇ ਮੱਧਿਉ ਭਾਵ ਜਿੱਥੋਂ ਸਾਡੇ ਆਪਾਂ ਮੱਥਾ ਜਿਹੜਾ ਦੇਖਦੇ ਆਂ ਜਿੱਥੋਂ ਕੇਸ ਸ਼ੁਰੂ ਹੁੰਦੇ ਆ ਉਹਦੇ ਥੱਲੇ ਜਗ੍ਹਾ ਤੇ ਉੱਥੇ ਕਹਿੰਦੇ ਟਕਾ ਕੇ ਤੇ ਮਗਰੋਂ ਹਥੌੜੀ ਦੇ ਨਾਲ ਉਹਦੇ ਉੱਤੇ ਸੱਟ ਮਾਰੀ ਜਦੋਂ ਅੱਗੇ ਜਾ ਕੇ ਉਹ ਰੰਬੀ ਹੱਡੀ ਦੇ ਨਾਲ ਟਕਰਾ ਗਈ ਕਿ ਮਾਸ ਦੇ ਵਿੱਚੋਂ ਲੰਘ ਚੁੱਕੀ ਹੈ ਖੂਨ ਦੀਆਂ ਧਾਰਾਂ ਵਗੀਆਂ ਨੇ ਕਹਿੰਦੇ ਮਾਥੇ ਮੱਧਿਉ ਦਈ ਟਕਾਏ ਮਾਥੇ ਤੇ ਕੰਨੋਂ ਤਾਈ ਫਿਰ ਇੱਥੋਂ ਖਿੱਚ ਕੇ ਕੰਨਾਂ ਤੱਕ ਚੀਰ ਪਾਇਆ ਗਿਆ ਮਾਥੇ ਤੇ ਕੰਨੋਂ ਤਾਈ ਗਿੱਚੀਓਂ ਦੇਈ ਪੁਟਾਏ ਦੋਨਾਂ ਪਾਸਿਆਂ ਤੋਂ ਜਿਹੜਾ ਰੰਬੀ ਨਾਲ ਚੀਰ ਇਸ ਤਰ੍ਹਾਂ ਪਾ ਕੇ ਗਿੱਚੀ ਤੱਕ ਲਿਆ ਕੇ ਤੇ ਕੇਸਾਂ ਦੇ ਸਮੇਤ ਜਿਹੜਾ ਖੋਪਰ ਸੀ ਉਹ ਸੀਸ ਤੋਂ ਵੱਖਰਾ ਕਰ ਦਿੱਤਾ ਗਿਆ ਹੁਣ ਜਦੋਂ ਇਹ ਉਹਨਾਂ ਦਾ ਖੋਪਰ ਲੈ ਗਿਆ ਉਹਦੇ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਗਿਆ ਬਈ ਇਸੇ ਤਰ੍ਹਾਂ ਹੁਣੇ ਸਮਾਪਤ ਹੋ ਜਾਣਗੇ ਔਰ ਹੌਲੀ ਹੌਲੀ ਕਿਉਂਕਿ ਨਾੜਾਂ ਕੱਟੀਆਂ ਜਾਂਦੀਆਂ ਖੂਨ ਵਗਦਾ ਔਰ ਇਹਦੇ ਵਿੱਚ ਸਰੀਰ ਜਿਹੜਾ ਉਹ ਜਿਉਂਦਾ ਤਾਂ ਰਹਿੰਦਾ ਪਰ ਉਹ ਇਬਾਦਤ ਵਾਲੇ ਵੀ ਸਨ ਔਰ ਉਹ ਖੋਪਰੀ ਤੋਂ ਬਗੈਰ 22 ਦਿਨ ਭਾਈ ਸਹਿਬ ਭਾਈ ਤਾਰੂ ਸਿੰਘ ਜੀ ਬੈਠੇ ਤੇ ਗੁਰੂ ਗੁਰੂ ਜਪਦੇ ਰਹੇ ਇਸੇ ਸਮੇਂ ਦਰਮਿਆਨ ਹੀ ਉਹਨਾਂ ਸਿੱਖੀ ਨਿਵਾ ਦਿੱਤੀ ਸਿਤਕ ਨਹੀਂ ਆ ਰਿਹਾ ਭਾਈ ਮਹਤਾਬ ਸਿੰਘ ਮੀਰਾ ਕੋਟੀਏ ਪਕੜੇ ਗਏ ਆਪਣੇ ਨਗਰ ਵਿੱਚ ਕਿਤੇ ਆਏ ਸਨ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ ਚਰਖੜੀ ਤੇ ਚਾੜ ਕੇ ਉਹਨਾਂ ਨੂੰ ਪੁੱਛਿਆ ਤੁਹਾਡੀ ਆਖਰੀ ਇੱਛਾ ਕੀ ਭਾਈ ਮਹਤਾਬ ਸਿੰਘ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਉਸ ਗੁਰਸਿੱਖ ਦੇ دیدار ਕਰਾ ਦਿਓ ਜਿਹੜਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰ ਲਵਾ ਕੇ ਬੈਠਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦੇ دیدار ਕੀਤੇ ਬਹੁਤ ਉਮਰ ਵਿੱਚ ਭਾਈ ਤਾਰੂ ਸਿੰਘ ਜੀ ਛੋਟੇ ਸਨ ਭਾਈ ਮਹਤਾਬ ਸਿੰਘ ਤੋਂ ਲੇਕਿਨ ਭਾਈ ਮਹਤਾਬ ਸਿੰਘ ਨੇ ਉਹਨਾਂ ਨੂੰ ਨਮਸਕਾਰ ਕੀਤੀ ਵੀ ਤੁਹਾਡੇ ਸਿੱਦਕ ਨੂੰ ਮੈਂ ਨਮਸਕਾਰ ਕਰਦਾ ਹਾਂ ਇੱਡਾ ਉੱਚਾ ਜੀਵਨ ਤੇ ਸਿੱਖੀ ਨਾਲ ਇਹੋ ਜੀ ਪ੍ਰੀਤ ਇਹੋ ਜਾਂ ਪਿਆਰ ਇਸ ਤਰੀਕੇ ਨਾਲ ਫਿਰ ਕਹਿੰਦੇ ਜਦੋਂ ਗੁਰਸਿੱਖਾਂ ਨੇ ਉਹ ਸਰੀਰ ਨੂੰ ਸੰਭਾਲਿਆ ਆਖਰੀ ਇੱਛਾ ਤੇ ਭਾਈ ਸੇਭਾਈ ਤਾਰੂ ਸਿੰਘ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਜਾਲ ਲਿਆ ਦਿਓ ਮੇਰਾ ਇਸ਼ਨਾਨ ਕਰਾ ਦਿਓ ਕਹਿੰਦੇ ਉੱਥੋਂ ਜਾਲ ਲਿਆਂਦਾ ਇਸ਼ਨਾਨ ਕਰਾਇਆ ਔਰ ਜਕਰੀਆ ਜਦੋਂ ਉਹਨੂੰ ਕਿਉਂਕਿ ਜਿਵੇਂ ਉਹਨਾਂ ਦਾ ਖੋਪਰ ਲੱਦਾ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਗੁਰਲਾਵੇ ਵੈਦਾਂ ਹਕੀਮਾਂ ਇਲਾਜ ਕੀਤਾ ਕਿਤੇ ਸੂਤ ਨਹੀਂ ਆਇਆ ਫਿਰ ਆਖਿਆ ਪੰਥ ਤੱਕ ਪਹੁੰਚ ਕੀਤੀ ਪੰਥ ਨੇ ਆਖੇ ਨੇ ਆਖੇ ਜੁੱਤੀਆਂ ਮਾਰ ਕੇ ਕੇਸਲਾ ਭਾਈ ਤਾਰੂ ਸਿੰਘ ਜੀ ਹੋਣੀ ਬ੍ਰਹਮ ਗਿਆਨੀ ਨੇ ਉਹਨਾਂ ਦੇ ਆਖੇ ਨੇ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਣਾ ਉਹਨਾਂ ਦਾ ਜੋੜਾ ਲੋਏ ਦੇ ਸਿਰ 'ਚ ਮਾਰੋ ਜਿਵੇਂ ਜਿਵੇਂ ਮਾਰਦੇ ਉਹਨੂੰ ਰਾਮ ਮਿਲਦਾ ਜੁੱਤੀਆਂ ਖਾਂਦਾ ਅਖੀਰ ਉਹ ਜਿਹੜਾ ਜਕਰੀਆ ਸੀ ਸੰਸਾਰ ਤੋਂ ਚਲਾ ਗਿਆ ਉਹ ਤੁਰਿਆ ਉਹਦੇ ਤੋਂ ਬਾਅਦ ਭਾਈ ਸੇ ਭਾਈ ਤਾਰੂ ਸਿੰਘ ਜੀ ਹੋਣਾ ਨੇ ਆਪਣਾ ਸਰੀਰ ਕਚੋਲਾ ਤਿਆਗਿਆ ਸ਼ਹਾਦਤ ਦਾ ਜਾਮ ਪੀ ਗਏ ਜੋ ਬਚਨ ਕਹੇ ਔਰ ਅਸੀਂ ਅੱਜ ਜਦੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਪਾਵਨ ਜੀਵਨ ਨੂੰ ਉਹਨਾਂ ਦੀ ਕੁਰਬਾਨੀ ਨੂੰ ਚੇਤੇ ਕਰਨ ਰੋਜ਼ ਅਰਦਾਸ ਵੇਸੀ ਸੁਣਾਉਣੇ ਹਨ ਗੁਰੂ ਕਿਰਪਾ ਕਰੇ ਕਿਤੇ ਸਾਡੇ ਧੀਆਂ ਪੁੱਤਰ ਜਾਂ ਸਾਨੂੰ ਸਮਝ ਆ ਜਾਏ ਕਿ ਇਹ ਜੋ ਸਾਡੇ ਸੀਸ ਤੇ ਦਸਤਾਰ ਹੈ ਇਹ ਜੋ ਸਾਡੀ ਆਇਡੈਂਟੀਟੀ ਹੈ ਸਾਬਤ ਸੂਰਤ ਵਾਲਾ ਇਹ ਜਿਹੜਾ ਸਾਡਾ ਚਿਹਰਾ ਮੋਰਾ ਹੈ ਇਹਦੇ ਵਾਸਤੇ ਕਿੱਡੀਆਂ-ਕਿੱਡੀਆਂ ਵੱਡੀਆਂ ਕੁਰਬਾਨੀਆਂ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਸ਼ਹਾਦਤਾਂ ਕਿੰਨੇ ਤਸੀਹੇ ਚੱਲ ਕੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਆਪਣੇ ਸਦਕ ਤੇ ਕਾਇਮ ਰਹਿਣਾ ਕੀਤਾ ਸਾਨੂੰ ਅੱਜ ਇਹ ਪਹਿਚਾਣ ਮਿਲੀ ਹੈ ਲੋੜ ਹੈ ਅੱਜ ਕੋ ਸਾਡਾ ਖੋਪਰ ਨਹੀਂ ਲਾ ਰਿਆ ਕੋਈ ਸਾਡਾ ਬੰਦਬੰਦ ਨਹੀਂ ਕੱਟ ਰਿਆ ਕੋਈ ਸਾਨੂੰ ਚਰਖੜੀ ਤੇ ਨਹੀਂ ਚੜ ਰਿਆ ਪਰ ਇਸ ਦੇ باوجود ਅਸੀਂ ਗੁਰੂ ਤੋਂ ਮੁਨਕਰ ਹੋ ਰਹੇ ਹਾਂ ਸਸ ਇਹਦੇ ਲਈ ਫਿਰ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ ਗੁਰੂ ਕਿਰਪਾ ਕਰੇ ਅਸੀਂ ਸਿੱਖੀ ਨੂੰ ਅਪਣਾ ਸਕੀਏ ਤਾਂ ਕਿ ਗੁਰੂ ਦੀ ਅਸੀਸ ਦੇ ਪਾਤਰ ਬਣੀਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਨਕੀਆਂ ਕਦਾ ਕਹਾਣੀਆਂ